ਸਤਿ ਸ਼੍ਰੀ ਅਕਾਲ ਦੋਸਤੋ, ਵਿਜਿਟ ਪੰਜਾਬ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਲਵਲ ਔਜਲਾ, ਤੁਹਾਡਾ ਹੋਸਟ। ਇਹ ਵੀ ਹੁਣ ਇਤਿਹਾਸਿਕ ਬੱਸ ਅੱਡਾ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਹੈਗੇ ਹਾਂ ਪਿੰਡ ਸੁਖਾਣੀ। ਅੱਜ ਆਪਾਂ ਇੱਧਰਲੇ ਬਜ਼ੁਰਗਾਂ ਨਾਲ ਗੱਲ ਕਰਾਂਗੇ, ਇੱਧਰਲੇ ਇਤਿਹਾਸ ਜਾਣਾਂਗੇ। ਆਹ ਮੇਨ ਰੋਡ ਹੈ ਸੁਖਾਣੀ ਪਿੰਡ ਦਾ, ਅਤੇ ਆਹ ਦਰਬਾਰ ਦਾ ਬੋਰਡ ਲੱਗਾ ਹੋਇਆ, ਦਰਬਾਰ ਸੁਖੀ ਸੁਲਤਾਨ ਪੀਰ ਦਾਤਾ ਸ਼ਕਲਮ ਦੁੱਲੇ ਸ਼ਾਹ ਜੀ, ਸਲਾਨਾ ਮੇਲਾ 18 ਜੁਲਾਈ। ਉਹ ਸਾਹਮਣੇ ਦਰਬਾਰ ਦਿਖ ਰਿਹਾ ਜੀ, ਉਹ ਪਿੰਡ ਦਿਖ ਰਿਹਾ, ਅਤੇ ਉਹ ਜਿਹੜਾ ਗੁਰਦੁਆਰਾ ਦਿਖ ਰਿਹਾ ਸਾਹਮਣੇ, ਉਹ ਬਾਅਦ 'ਚ ਢਾਹ ਕੇ ਬਣਾਇਆ ਗਿਆ ਹੈ। ਇਹ ਸੜਕ ਤੋਂ ਆਉਂਦਾ ਹੋਇਆ ਰਾਹ, ਉਹ ਮਸਾਣਾ ਨੇ ਸਾਹਮਣੇ ਆਹ ਜਗ੍ਹਾ ਹੈ, ਆਹ ਰਾਹ ਸਿੱਧਾ ਪਿੰਡ ਨੂੰ ਜਾ ਰਿਹਾ ਹੈ, ਆਹ ਸੁਖਾਣੀ ਪਿੰਡ, ਆਹ ਲਾਗਲਾ ਇਲਾਕਾ। ਸਫੇਦਾਂ ਦੇ ਨਾਲ ਸਾਰੀ ਮੇਨ ਰੋਡ ਹੈ। ਭਾਈ ਪਿੰਡ ਦਾ ਆ ਆਹ ਰਾਹ ਦੱਸੀ ਮਾੜਾ, ਕਿੱਦੋਂ ਜਾਂਦਾ ਸਿੱਧਾ? ਨਹੀਂ, ਆ ਸਿੱਧਾ ਰਾਹ ਕਿੱਦੋਂ ਜਾਂਦਾ ਆ ਪਿੰਡ ਦੇ ਵਿੱਚ ਗਲੀਆਂ ਨੂੰ? ਆ ਇੱਧਰਲਾ ਸਿੱਧਾ ਕਾਲੇ ਸਿੰਘੇ ਕਿ ਬਾਬੇ ਕਾਂ ਦੱਸ ਦੇ, ਠੀਕ ਹੈ। ਆ ਇੱਧਰਲਾ ਰਾਹ, ਘੁਬਾਲੇ, ਠੀਕ ਹੈ। ਸਕੂਲ ਜਾਂਦੇ ਵੇਲੇ ਸਪੀਡ ਬਹੁਤ ਸਲੋਅ ਹੁੰਦੀ ਸੀਗੀ, ਪਰ ਜਦੋਂ ਘਰ ਨੂੰ ਆਉਂਦੇ ਨੇ ਉਦੋਂ ਸਪੀਡ ਜ਼ਿਆਦਾ ਹੋ ਜਾਂਦੀ ਸੀਗੀ। ਕਿਹੜਾ ਸਕੂਲ ਆ ਤੁਹਾਡਾ? ਹੈ ਸਿਖਾਣੀ? ਕਿੰਨੀ ਤੱਕ ਆ ਜਮਾਤਾਂ? ਤੁਸੀਂ ਕਿੰਨੇ ਵਜੇ ਪੜ੍ਹਦੇ ਆ? ਹੋ ਗਈ ਛੁੱਟੀ? ਨਿੱਕੇ ਜੇ ਕੁਚਰੂ ਮੁਚਰੂ ਇਹ ਉਸ ਵੇਲੇ ਦਾ ਸੰਦੂਕ ਹੈ ਜੀ, ਅੱਜ ਕੱਲ੍ਹ ਨਹੀਂ ਇੱਦਾਂ ਦੇ ਬਣਦੇ ਹੈ, ਇਹ ਘੱਟੋ ਘੱਟ ਬਟਵਾਰੇ ਦੇ ਵਕਤ ਹੈ। ਇੱਥੇ ਇੱਦਾਂ ਹੁੰਦੀ, ਉੱਥੇ ਉੱਦਾਂ ਹੁੰਦੀ ਸੀ, ਹੁਣ ਬਜ਼ੁਰਗ ਤਾਂ ਹੈਗੇ ਪੁਰਾਣੇ ਸਾਡੇ, ਚੈੱਕ ਹੋਰ ਵੀ ਉਤਾਰ ਸਭ ਵੀ ਆ, ਉਹ ਸਾਰੇ ਬਾਹਰ ਆ, 3 ਬਜ਼ੁਰਗ ਆ। ਤੁਹਾਡੇ ਖੂਹ ਨੂੰ ਖਜੂਰਾਂ ਵਾਲਾ ਖੂਹ ਕਹਿੰਦੇ ਹੁੰਦੇ ਸੀਗੇ? ਖਜੂਰ ਵਾਲਾ ਖੂਹ ਇੱਥੇ ਵੱਜਦਾ ਹੁੰਦਾ ਸੀ ਸਾਡਾ, ਮਸ਼ਹੂਰ ਸੀਗਾ। ਇਹ ਤੁਹਾਨੂੰ ਉੱਪਰੋਂ ਆਡਰ ਆਇਆ ਕਿੱਦਾਂ? ਹੁਣ ਤੁਸੀਂ ਆਪੇ ਕਰੀਏ, ਦੱਸ ਗਾ ਪੁਰਾਣਾ ਪੁਰਾਣੀ ਪੀਰ ਦੀ ਜਗ੍ਹਾ ਆ, ਬਹੁਤ ਪੁਰਾਣੀਆਂ ਕੰਧਾਂ ਨੇ ਉਸ ਵਕਤ ਦੀਆਂ। ਆ ਵੀ ਉਹਨਾਂ ਚਿਰਾਂ ਦੇ ਮਕਾਨ ਹੈ, 74 ਦੇ ਕਰੀਬ। ਨਾ ਚੇਤਾ ਹੈ ਕਿੰਨਾ ਚਿਰ ਹੋ ਗਿਆ ਇਹਨੂੰ ਇਸਤੇਮਾਲ ਕੀਤੇ ਨੂੰ? ਅਖੀਰਲੀ ਵਾਰ ਕਿੰਨਾ ਕੁ ਟਾਈਮ ਹੋ ਗਿਆ ਹੋਊਗਾ? 60 ਸਾਲ ਹੋ ਗਏ। 60 ਸਾਲ ਹੋ ਗਏ ਆ,
ਚਲੋ ਇੰਨਾ ਵਧੀਆ ਕਿ ਤੁਸੀਂ ਸਾਂਭ ਕੇ ਰੱਖਿਆ ਆ। ਨਹੀਂ ਕਾਲੇ ਹਜੇ ਨਹੀਂ ਗਿਆ। ਬਾਬਾ ਜੀ ਤੁਹਾਡਾ ਨਾਮ ਦੱਸ ਦਿਓ ਤੇ ਮੇਰਾ ਪਿੰਡ ਸੋਹਣ ਲਾਲ। ਅੱਛਾ ਜੀ, ਪਿੰਡ ਪੂਰਾ ਨਾਮ ਦਾਦੇ ਦਾ ਪਰਦਾਦੇ ਦਾ ਦਾਦੇ ਮਾਤਾ ਦਾ? ਦਾਦੇ ਦਾ ਨਾਮ ਹੈਗਾ ਆ ਬੁਣੀ ਰਾਮ। ਬੁਣੀ ਰਾਮ? ਆਹੋ। ਤੇ ਦਾਦੀ ਦਾ ਨੀ ਪਤਾ, ਉਹ ਤਾਂ ਸਾਨੂੰ ਪਤਾ ਹੀ ਨੀ ਕਿਹੜੀ ਮਰੀ। ਤੇ ਲਾਗੇ ਹੋਰ ਕਿਹੜੇ ਕਿਹੜੇ ਪਿੰਡ ਪੈ ਜਾਂਦੇ ਆ? ਲਾਗੇ ਕਿਹੜੇ ਕਿਹੜੇ ਪਿੰਡ ਪੈ ਜਾਂਦੇ ਹੋਰ? ਲਾਗੇ ਆ ਸਾਰੇ ਆ, ਕੁਕਾਲਾ ਆ, ਫਿਰ ਆਹ ਚਾਕਰ ਸੁਣਾ, ਫਿਰ ਮਡੇਰਾ, ਸਦਪੁਰ, ਸਿਧਮਾ, ਫਿਰ ਲਾਗੇ ਲਾਗੇ ਐਨ ਆ ਜਾ ਸੰਧੀ ਚੱਠਾ, ਸੰਧੀ ਚੱਠੇ ਹਰੀਮਪੁਰ, ਫਿਰ ਦੂਜਾ ਬੰਦੂ ਚੱਕ ਬਲੇਰਾ, ਨਹੀਂ ਨਹੀਂ ਤੇ ਉਹ ਦੂਜਾ ਕੀ ਨਾਂ ਆ, ਈਦਾ, ਖੀਵਾ, ਇਹ ਫਿਰ ਗਾਂ ਮਲੀਆਂ, ਉੱਗੀ, ਉੱਗੀਓ ਗਾਂ ਤੋਂ ਗਾਂ ਤੋਂ ਪਿੰਡ ਬਹੁਤ ਆ ਜਲੰਧਰ ਨੂੰ ਜਾ ਲੱਗਦੇ। ਇੱਕ ਗੁਰਦੁਆਰੇ ਬਾਰੇ, ਗੁਰਦੁਆਰੇ ਬਾਰੇ ਉਹਨਾਂ ਨੇ ਇੱਕ ਪਾਸੇ ਪਾ ਲਿਆ ਗੁਰਦੁਆਰਾ। ਕਿਹਨਾਂ ਨੇ? ਆਪਣੇ ਜੱਟਾਂ ਨੇ। ਜੱਟਾਂ ਨੇ? ਤੇ ਪਹਿਲਾਂ ਕੀ ਸੀਗਾ ਉੱਥੇ? ਪਹਿਲਾਂ ਉਹਦੇ ਮਸੀਤ ਹੀ ਸੀ। ਮਸੀਤ ਉੱਦਾਂ ਹੀ ਆ ਜਿਹੜਾ ਖੁੱਲ੍ਹਾ ਹੀ ਮੁਸਲਮਾਨਾਂ ਦੀ। ਹਾਂਜੀ, ਤੋ ਢਾ ਦਿੱਤੀ ਕਿ ਹਜੇ ਵੀ ਹੈਗੀ ਆ? ਹੈਗੀ ਆ ਉੱਥੇ। ਤੋ ਗੁਰਦੁਆਰਾ ਸਾਈਡ ਤੇ ਬਣਾ ਲਿਆ ਆ? ਹਾਂ, ਗੁਰਦੁਆਰਾ ਸਾਈਡ ਤੇ ਸਾਹਮਣੇ ਬਾਅਦ ਚ ਬਣਿਆ ਆ। ਹਾਂ, ਬਾਅਦ ਚ ਬਣਿਆ। ਠੀਕ ਆ। ਤੇ ਮੁਸਲਮਾਨ ਆਉਂਦੇ ਹੁੰਦੇ ਉੱਥੇ ਮਸੀਤ? ਨਹੀਂ ਨਹੀਂ ਹੁਣ ਨਹੀਂ ਆਉਂਦੇ। ਹੁਣ ਕੋਈ ਨਹੀਂ ਆਉਂਦਾ ਉੱਥੇ? ਉੱਥੇ ਦੱਸਦੇ ਆ ਟਾਲੀ ਸਾਹਿਬ। ਟਾਲੀ ਸਾਹਿਬ ਇਹ ਸੀ ਮੁਸਲਮਾਨੀ ਜਗ੍ਹਾ। ਉਹਨਾਂ ਫਿਰ ਜਿਹੜੀ ਮੁਸਲਮਾਨੀ ਜਗ੍ਹਾ ਸੀ ਨਾ, ਉਹ ਇੱਕ ਬੰਨੇ ਕਮਰਾ ਬਣਾ ਕੇ ਬਣਾਈ। ਚਿਰਾਗ ਉਹ ਵੀ ਕਰਦੇ ਉੱਥੇ? ਅੱਛਾ। ਹਾਂ, ਹਰ ਵੀਰਵਾਰ ਕਰਦੇ ਚਿਰਾਗ, ਉਹ ਬੂਹਾ ਖੋਲ ਦੇਣਾ, ਚਿਰਾਗ ਕਰ ਦੇਣੇ ਤੇ ਚਿਰਾਗ ਜਗਦੇ ਰਹਿਣੇ, ਕਰਦੇ ਆ। ਅੱਛਾ, ਉਸ ਟਾਈਮ ਦੀਆਂ ਖੇਡਾਂ ਕੋਈ ਤੇ ਖੁਰਾਕਾਂ? ਜਾਂ ਕਬੱਡੀਆਂ ਕਬੁੱਡੀਆਂ ਖੇਡਣ ਜਾਣਾ ਜਾਂ ਕੌਣ ਜਾਂਦੇ ਹੁੰਦੇ ਸੀ ਬਸ। ਖੁਰਾਕਾਂ ਇੱਦਾਂ ਸੀ, ਦੋ ਦੋ ਤਿੰਨ ਤਿੰਨ ਮੱਝਾਂ ਹੋਈਆਂ, ਦੋ ਦੋ ਤਿੰਨ ਤਿੰਨ ਗਾਈਆਂ ਹੋਈਆਂ, ਪੀਪੇ ਘੇਰੇ ਭਰੇ ਹੁੰਦੇ ਸੀ, ਮੁੱਕਦੇ ਨਹੀਂ ਸੀ। ਅੱਛਾ, ਦੁੱਧ ਹੀ ਨਹੀਂ ਚੱਕਦੇ ਉਦੋਂ। ਕੀ ਬਾਤ ਹੈ, ਉਹ ਘਰੇ ਹੀ ਖਾਂਦੇ ਸੀ ਜਿੰਨਾ ਸਿਰ। ਤੇ ਹੁਣ ਤੇ ਗੱਲ ਇੱਦਾਂ ਵੀ ਮਸੀ ਤੁਰੀ ਦਾ ਹੀ ਆ, ਹੁਣ ਗਏ ਵੀ ਅਖੀਰ ਆ, 80 ਸਾਲ ਤੋਂ ਉੱਤੇ ਉਮਰ ਆ। ਵਿਆਹ ਸ਼ਾਦੀ ਜਿਦਾਂ ਕਰਦੇ ਹੁੰਦੇ ਪਿੰਡ ਵਿੱਚ, ਘਰੇ ਕਰ ਦਿੰਦੇ ਹੁੰਦੇ ਸੀਗੇ? ਘਰੇ ਹੁੰਦੇ ਸੀ। ਅੱਛਾ, ਏਦਾਂ ਵਿਹੜਿਆਂ ਨੇ ਚਾਲੀਆਂ ਲਾ ਲੈਣੀਆਂ, ਪਰਾਹੁਣੇ ਪਰਾਹੁਣਿਆਂ ਨੂੰ ਪਹਿਲਾਂ ਜਨੇਤ ਨੂੰ ਰੋਟੀ ਖਵਾ ਦੇਣੀ ਜੇ ਕੁੜੀ ਦਾ ਵਿਆਹ ਆ, ਤੇ ਜੇ ਜਨੇਤ ਨੂੰ ਖਵਾ ਕੇ ਤੇ ਮਗਰੋਂ ਮੇਰੇ ਗਿਰ ਜੋ ਰਿਸ਼ਤੇਦਾਰ ਉਹਨਾਂ ਨਾਲ, ਉਹ ਪਹਿਲਾਂ ਇੱਕ ਦਿਨ ਆ ਜਾਂਦੇ ਹੁੰਦੇ, ਰਾਤ ਆ ਜਾਂਦੇ ਹੁੰਦੇ ਪਹਿਲਾਂ ਇੱਕ ਦਿਨ, ਉਹਨਾਂ ਨੂੰ ਵੀ ਫਿਰ ਮੰਜੇ ਮੁੰਜੇ ਡਾਹ ਦੇਣੇ? ਹਾਂ, ਮੰਜੇ ਇਕੱਠੇ ਕਰਦੇ ਸੀ ਪਿੰਡ ਚੋਂ। ਅੱਛਾ, ਤੇ ਫੇਰ ਜਾ ਕੇ ਏਦਾਂ ਫਿਰ ਇੰਨੀ ਦੁਨੀਆਂ ਕਿੱਥੇ ਪਾਉਣੀ, ਕਿੱਥੇ ਖਾਣ ਖੁਣ ਉਦੋਂ ਕੀ ਜ਼ਿਆਦਾ ਚੱਲਦਾ? ਵਿਆਹ ਸ਼ਾਦੀ ਕਿਹੜਾ? ਸ਼ਾਦੀਆਂ 'ਚ ਇਹੋ ਹੀ ਜਰਾ ਕੁ ਹਿੰਤਿਆ, ਉਹਨਾਂ ਮੜੀ ਮਠਿਆਈ ਬਣਾ ਲੈਣੀ, ਜਲੇਬੀਆਂ ਕਢਾ ਲੈਣੀਆਂ, ਪਕੌੜੇ ਕਢਾ ਲੈਣੇ, ਆ ਚੀਜ਼ਾਂ ਜਿਹਨਾਂ 'ਚ ਉੱਦਾਂ ਦਾ ਜਰਾ ਘੱਟ ਆ, ਉਹਨਾਂ ਨੇ ਏਦਾਂ ਚਾਹ ਦੇ ਨਾਲ ਹੀ ਮਾੜਾ ਪਤਲਾ ਪਾ ਦੇਣੀ। ਮੁਸਲਮਾਨ ਇਕੱਠੇ ਰਹਿੰਦੇ ਹੁੰਦੇ ਰਲ ਮਿਲ ਕੇ, ਹੈ ਨਾ ਸਾਰੇ। ਤੇ ਜਦੋਂ ਫਿਰ ਦੰਗੇ ਹੋ ਗਏ ਤੇ ਫਿਰ ਉਸ ਤੋਂ ਬਾਅਦ ਫਿਰ ਫਿੱਕ ਪੈ ਗਈ? ਫਿਰ ਇਹ ਫਿੱਕ ਪੈ ਗਈ, ਫਿਰ ਇੱਧਰੋਂ ਜਸਾ ਪਿਆ। ਅੱਛਾ, ਲਾਲਾ ਲਾਲਾ ਹੋ ਗਈ, ਕਿਰਪਾਨਾਂ ਡਾਂਗਾ ਕੱਢੀਆਂ, ਉਹ ਜਿਉਂ ਭੱਜੇ ਇੱਧਰ ਨੂੰ ਸਿੱਧੇ ਹੀ ਕਿੱਧਰ ਨੂੰ? ਜਲੰਧਰ ਨੂੰ। ਜਲੰਧਰ ਨੂੰ? ਜਲੰਧਰ ਸੀ ਕੈਂਪ ਲੱਗਾ। ਅੱਛਾ, ਉੱਥੇ ਜਾ ਕੇ ਕੈਂਪ 'ਚ ਜਾ ਵੜੇ, ਉੱਥੇ ਵੀ ਪੁਲਿਸ ਦਾ ਪਹਿਰਾ, ਉੱਥੇ ਦੂਜਾ ਬੰਦਾ ਜਾ ਨਹੀਂ ਸਕਦਾ। ਤੇ ਤੁਸੀਂ ਇੱਥੇ ਰੁਕੇ ਸੀਗੇ ਕਿ ਤੁਸੀਂ ਵੀ ਚੱਲ ਗਏ ਸੀਗੇ? ਅਸੀਂ ਜਦੋਂ ਉਹ ਭੱਜ ਗਏ, ਪਿੰਡ ਵਿਹਲਾ ਹੋ ਗਿਆ, ਅਸੀਂ ਸਾਰੇ ਜਰਾ ਹਲਕੇ ਹੀ ਸੀਗੇ, 12-13 ਸਾਲਾਂ ਦੇ। ਜਦੋਂ ਅਸੀਂ ਫਿਰ ਨਾਗਪੁਰੇ ਤੇ ਕਾਲੇ ਜਾ ਵੜੇ, ਇੱਕ ਬੰਦਾ ਮਾਰਿਆ ਸੀਗਾ ਇੱਥੇ, ਉਹ ਇੱਥੇ ਹੀ ਦੱਬ ਗਿਆ ਸੀਗਾ, ਜਿਹਨਾਂ ਮਾਰਿਆ ਸੀ ਉਹੀ ਦੱਬ ਗਿਆ। ਤੇ ਗਾਂਹ ਜਾ ਕੇ ਮਰੇ ਹੋਣਗੇ ਤੇ ਬਹੁਤ ਵੱਡ ਵਟਾਂਗਾ ਹੋਇਆ। ਤੇ ਮੇਲੇ ਕਿੱਦਾਂ ਲੱਗਦੇ ਹੁੰਦੇ ਸੀਗੇ ਉਸ ਵਕਤ? ਮੇਲੇ ਇੱਦਾਂ ਹੀ ਭਈ ਬਾਬੇ ਪੀਰ ਤੇ ਸਾਲ ਪਿੱਛੋਂ ਮੇਲਾ ਲੱਗਦਾ ਆ, ਅੰਨ ਪਾਣੀ ਬਣਦਾ ਆ, ਅਤੇ ਦੁਨੀਆਂ ਛਕਦੀ ਛਕਾਉਂਦੀ ਆ, ਅਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਆ ਸਾਲ ਪਿੱਛੋਂ, ਅਤੇ 8 ਦਿਨੀ ਦਾ ਚਿਰਾਗ ਜੋ ਜੀ ਜਗਦੇ ਆ। ਠੀਕ ਹੈ ਜੀ। ਪ੍ਰਸ਼ਾਦ ਬਹੁਤ ਦੁਨੀਆਂ ਵੰਡ ਕੇ ਜਾਂਦੀ ਆ। ਠੀਕ ਹੈ ਜੀ। ਨਿਆਜ਼ ਬਣਾ ਕੇ ਨਾ।
ਹਾਂਜੀ ਮੱਥਾ ਟੇਕ ਕੇ ਸਾਰੇ ਨਿੱਕਿਆ ਨਿਆਣਿਆਂ ਨੂੰ ਸਭ ਵੀਰਵਾਰ ਵਾਲੇ ਦੇ ਠੀਕ ਹੈ ਜੀ ਬਹੁਤ ਪ੍ਰਸ਼ਾਦ ਬਣਦੇ ਆ ਸਾਰਾ ਪਿੰਡ ਹੀ ਇਹ ਨਹੀਂ ਜੱਟ ਜ਼ਿਮੀਦਾਰ ਵੀ ਹਾਂਜੀ ਸਾਰੇ ਹੀ ਲਿਆਉਂਦੇ ਆ ਬਣਾ ਕੇ ਚੱਕਾ ਸੁੱਟਣਾ ਕਾਲਾ ਸਾਰੇ ਹੀ ਆਉਂਦੇ ਆ ਲਾਗੋ ਲਾਗੋ ਪਿੰਡਾਂ ਦੇ ਸਾਲ 'ਚ ਇੱਕ ਵਾਰੀ ਲੱਗਦਾ ਮੇਲਾ ਇੱਥੇ ਇੱਕ ਵਾਰੀ ਠੀਕ ਹੈ ਉਦਾਂ ਤਾਂ ਅੱਠੀ ਦਿਨ ਮੇਲਾ ਹੀ ਹੁੰਦਾ ਸਮਝਣ ਅੱਛਾ ਚਿਰਾਗ ਕਰਦੇ ਆ ਕਾਫੀ ਰੌਣਕ ਮੇਲਾ ਹੁੰਦਾ ਇੱਦਾਂ ਵੀ ਦੋ ਦੋ ਤਿੰਨ ਤਿੰਨ ਘਰ ਨਿਆਜਾਂ ਬਣਾ ਕੇ ਲਿਆਉਂਦੇ ਆ ਵੰਡਦੇ ਆ ਅੱਛਾ ਜੀ ਸੰਗਤ ਨੂੰ ਖਵਾਉਂਦੇ ਆ ਠੀਕ ਹੈ ਇਹ ਕਾਫੀ ਪੁਰਾਣੀ ਜਗ੍ਹਾ ਹੈਗੀ ਹੈ ਜੀ ਇੱਥੋਂ ਪੁਰਾਣੀ ਆ ਮੁਸਲਮਾਨਾਂ ਦੇ ਵੇਲੇ ਦੀ ਆ ਮੁਸਲਮਾਨਾਂ ਦੇ ਵੇਲੇ ਦੀ ਆ ਉਹਨਾਂ ਦਾ ਹੀ ਪੀਰ ਆ ਅੱਛਾ ਜੀ ਆਹੋ ਤੇ ਇਹ ਹੁਣ ਤਾਂ ਸਾਰੇ ਉਹਨਾਂ ਨੂੰ ਵੀ ਵੱਧ ਮੰਨਦੇ ਆ ਅੱਛਾ ਜੀ ਉਹਨਾਂ ਦੇ ਕਿਤੇ ਜਦੋਂ ਦਾ ਪਿੰਡ ਵੱਜਿਆ ਜੀ ਤੁਹਾਨੂੰ ਬਟਵਾਰੇ ਦਾ ਕੁਛ ਯਾਦ ਹੈਗਾ ਆ ਬਟਵਾਰੇ ਦਾ ਤੁਹਾਨੂੰ ਯਾਦ ਆ ਬਟਵਾਰੇ ਵੇਲੇ ਦਾ ਕੁਛ ਯਾਦ ਆ ਬਟਵਾਰੇ ਦਾ ਜਦੋਂ ਪੁੱਜ ਗਏ ਹਾਂਜੀ ਹਾਂਜੀ ਉਹਦਾ ਪਤਾ ਆਇਆ ਸੀ ਤੇ ਇੱਥੋਂ ਤਾਂ ਭੱਜ ਗਏ ਸੀਗੇ ਕਾਲੇ ਜਾਵੜੇ ਸੀਗੇ ਅੱਛਾ ਜੀ ਅਸੀਂ ਤਾਂ ਕਾਲੇ ਰਹੇ 2 ਮਹੀਨੇ ਹਾਂਜੀ ਤੇ ਫਿਰ ਸਾਨੂੰ ਇੱਕ ਲੰਬੜਦਾਰ ਸੀਗਾ ਹਾਂਜੀ ਕਾਲੇ ਦਾ ਹਾਂਜੀ ਉਹ ਛੱਤੀ ਤੇ ਦਾਦੇ ਬਾਈ ਕਰ ਦਿੰਦਾ ਉਹਨੂੰ ਫਿਰ ਭਜਾਏ ਦੁਨੀਆਂ ਭਜਾਏ ਕਾਹਤੋਂ ਮੇਰੇ ਆ ਅੱਛਾ ਜੀ ਲੰਬੜਦਾਰ ਸੀਗਾ ਸਿੱਖ ਅੱਛਾ ਜੀ ਇਹ ਮੇਰੇ ਆ ਬੰਦੇ ਜੇ ਇਹਨਾਂ ਨੂੰ ਕਿਸੇ ਨੂੰ ਕੋਈ ਵੀ ਕਿਹਾ ਤਾਂ ਯਾਦ ਰੱਖਣਾ ਠੀਕ ਹੈ ਕੋਈ ਵੀ ਨਹੀਂ ਲੱਗੇ ਆ ਅੱਛਾ ਜੀ ਕਾਲੇ ਦਾ ਫਿਰ ਉਸ ਤੋਂ ਬਾਅਦ ਫਿਰ ਇੱਥੇ ਆ ਗਿਆ ਇੱਥੇ ਆ ਗਿਆ 2 ਕੁ ਮਹੀਨੇ ਬਾਅਦ ਆ ਗਿਆ ਸੀਗੇ ਫਿਰ ਆਪੋ ਆਪਣੇ ਕੰਮ ਕਾਰ ਕਰਨ ਲੱਗ ਪਏ ਅੱਛਾ ਜੀ ਅਤੇ ਇੱਦਾਂ ਵਾਹੀ ਵੂਹੀ ਵੀ ਕਰਨ ਲੱਗ ਪਏ ਪੈਰੀਆਂ ਪਈਆਂ ਸੀ ਖੁੱਡੀਆਂ ਅੱਛਾ ਜੀ ਬਾਲ ਦੇ ਪਸ਼ੂ ਉਬਾਲਾ ਤੁਰੇ ਫਿਰਦੇ ਹੁੰਦੇ ਸੀਗੇ ਅੱਛਾ ਜੀ ਹਾਂ ਫੜ ਫੜ ਕੇ ਬਾਲ ਦੇ ਬਣਾਉਂਦਾ ਹੈ ਹਾਲ ਬਣਾਉਂਦਾ ਹੈ ਕੀ ਬਾਤ ਹੈ ਜੀ ਕੀ ਬਾਤ ਆ ਐਡਾ ਕੰਮ ਕਰਦੇ ਗਾ ਸਹੀ ਬਾਤ ਹੈ ਤੇ ਤੁਹਾਡਾ ਕੋਈ ਯਾਰ ਬੇਲੀ ਤੁਹਾਨੂੰ ਯਾਦ ਹੋਵੇ ਜਿਹੜਾ ਪਾਕਿਸਤਾਨ ਚਲ ਗਿਆ ਹੋਵੇ ਉਦੋਂ ਪਾਕਿਸਤਾਨ ਬੰਦਿਆਂ ਜਿਹੜੇ ਸਿਆਣੇ ਸੀ ਨਾ ਬੰਦੇ ਹਾਂਜੀ ਉਹਨਾਂ ਦੇ ਨਾਵਾਂ ਦਾ ਪਤਾ ਸਾਨੂੰ ਅੱਛਾ ਜੀ ਦੱਸਿਓ ਆਹੋ ਆ ਖੈਰਾ ਹਾਂਜੀ ਉਬਰਦੀਨ ਸ਼ਾਦੀ ਲੰਬੜ ਹਾਂਜੀ ਸ਼ਾਦੀ ਦੂਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਦੇ ਹਾਂ ਵਧੀਆ ਜੀ ਵਧੀਆ ਪਿੰਡ ਦੇ ਬਜ਼ੁਰਗ ਸਾਡੇ ਹੋਰ ਆ ਗਏ ਨੇ ਤੇ ਹੋਰ ਉਸ ਟਾਈਮ ਦੇ ਤੁਹਾਨੂੰ ਯਾਦ ਹੋਵੇ ਬਜ਼ੁਰਗਾਂ ਦੇ ਨਾਮ ਉਸ ਵਕਤ ਦੇ ਮਸ਼ਹੂਰ ਪਾਕਿਸਤਾਨ ਦੇ ਮੁਸਲਮਾਨ ਹਾਂਜੀ ਖੈਰਾ ਮਾਨੀ ਹਾਂਜੀ ਨਵੀਆ ਹਾਂਜੀ ਫਿਰ ਉਮਰਦੀਨ ਠੀਕ ਹੈ ਜੀ ਫਿਰ ਸ਼ਾਦੀ ਲੰਬੜ ਠੀਕ ਹੈ ਸ਼ਾਦੀ ਲੰਬੜਦਾਰ ਹੁੰਦਾ ਸੀ ਹਾਂਜੀ ਸ਼ਾਦੀ ਲੰਬੜਦਾਰ ਠੀਕ ਹੈ ਜੀ ਠੀਕ ਹੈ ਫਿਰ ਇੱਕ ਲੰਬੜਦਾਰ ਸੀ ਮਹਿੰਗਾ ਹਾਂਜੀ ਖੈਰਾ ਖੈਰਾ ਹਾਂਜੀ ਖੈਰੇ ਦੇ ਨਾਲ ਤਾਂ ਮੈਂ ਕੰਮ ਕਰਦਾ ਰਿਹਾ ਅੱਛਾ ਜੀ ਉਹਦੇ ਨਾਲ ਛੋਟਾ ਜਿਹਾ ਆਉਂਦਾ ਹੀ ਰਹੇ ਉਹਨਾਂ ਨਾਲ ਅੱਛਾ ਜੀ ਉਹ ਮੈਨੂੰ ਚੱਕ ਕੇ ਗਾੜੀ ਤੇ ਬਿਠਾ ਦਿੰਦੇ ਸੀ ਠੀਕ ਹੈ ਜੀ ਸਹੀ ਹੈ ਫੇਰੀ ਤਾਂ ਬਣਾ ਹੁੰਦੇ ਸੀ ਉੱਥੇ ਜ਼ਿਆਦਾ ਬਹੁਤ ਜ਼ਿਆਦਾ ਠੀਕ ਹੈ ਜੀ ਹੋਰ ਵੀ ਕਿੱਕਰਾਂ ਵੀ ਸੀ ਦਰਖਤ ਹੋਰ ਵੀ ਸੀ ਠੀਕ ਹੈ ਜੀ ਇਹਦਾ ਸੀ ਨਾ ਸਾਨੂੰ ਜਿਹੜੇ ਸੀ ਨਾ ਸਾਡੇ ਬਜ਼ੁਰਗ ਉਹ ਦੱਸਦੇ ਸੀ ਹਾਂਜੀ ਵੀ ਹਰਨੀਆਂ ਜਿਹੜੀਆਂ ਸੀ ਨਾ ਹਰਨੀਆਂ ਹਾਂਜੀ ਉਹ ਇੱਥੋਂ ਦੀ ਲੰਘਦੀਆਂ ਹੁੰਦੀਆਂ ਸੀ ਅਤੇ ਇਹ ਜਗ੍ਹਾ ਦੇ ਅੰਦਰ ਬਾਹਰ ਮੱਥਾ ਟੇਕ ਕੇ ਜਾਂਦੀਆਂ ਸੀ ਠੀਕ ਹੈ ਜੀ ਹਾਂਜੀ ਉੱਥੇ ਉਹਨਾਂ ਦਾ ਆਪੇ ਦੁੱਧ ਚੋ ਪੈਂਦਾ ਆਪੇ ਦੁੱਧ ਹਾਲੇ ਵੀ ਨਹੀਂ ਮਰਦੀ ਸਾਨੇ ਆਪੇ ਸ਼ਿਕਾਰੀ ਇੱਥੇ ਮਾਰੇ ਨਾ ਹਾਂਜੀ ਮਰਦਾ ਨਹੀਂ ਸੀ ਜਾਨਵਰ ਮਰਦਾ ਨਹੀਂ ਸੀ ਮਰਦਾ ਨਹੀਂ ਸੀਗਾ ਠੀਕ ਹੈ ਠੀਕ ਹੈ ਹੋਰ ਇਸ ਜਗ੍ਹਾ ਬਾਰੇ ਕੋਈ ਕਿੱਸਾ ਗਿਆ ਕੋਈ ਕਹਾਣੀ ਕਿੱਦਾਂ ਦੀ ਇਹ ਜਗ੍ਹਾ ਬਹੁਤ ਸ਼ਕਤੀ ਵਾਲੀ ਸ਼ਕਤੀ ਵਾਲੀ ਜਗ੍ਹਾ ਲੁਕਣ ਮਿੱਚਾਂ ਖੇਲਣੀਆਂ ਜੰਗਲੀ ਪਿਆ ਹੁੰਦਾ ਸੀ ਠੀਕ ਹੈ ਸਾਰੀ ਜਗ੍ਹਾ ਦੂਰ ਤੱਕ ਸੀ ਮੇਲਾ ਲੱਗਦਾ ਬਹੁਤ ਸਾਰੇ ਪਿੰਡ ਵਾਲੇ ਵੀਰਵਾਰ ਤੇ ਵੀਰਵਾਰ ਇੱਥੇ ਦੀਵਾ ਜਗਾਉਣ ਆਉਂਦੇ ਹਨ ਹਾਂ ਦੀਵਾ ਜਗਾਉਣ ਨਿਆਜਾਂ ਦਿੰਦੇ ਆ ਵੰਡ ਕੇ ਜਾਂਦੇ ਆ ਸਾਰੇ ਜਿੰਨੀ ਸੰਗਤ ਆਈ ਹੋਵੇ ਉਸ ਵੇਲੇ ਲਾਇਆ ਜਿਸ ਵੇਲੇ ਅਸੀਂ ਇਹ ਜ਼ਮੀਨ ਲਈ ਨਾ ਆਵਾਜ਼ ਕੀਤੀ ਹੈ ਹਾਂਜੀ ਅਤੇ ਉਸ ਵੇਲੇ ਜਗ੍ਹਾ ਦੇ ਅੰਦਰ ਬਾਹਰ ਸੀ ਦੁਆਰ ਦੇ ਵਿੱਚ ਹਾਂਜੀ ਇਹਦੇ ਮੈਂ ਦੁਆਰ ਜਗ੍ਹਾ ਨੂੰ ਸਾਫ਼ ਕਰਦਾ ਸੀ ਘਾਹ ਨੂੰ ਖੋਦਦਾ ਸੀ ਠੀਕ ਹੈ ਜੀ ਅਤੇ ਇਹ ਵਿੱਚੋਂ ਫਿਰ ਮੈਂ ਪੱਟ ਕੇ ਤਾਂ ਇੱਥੇ ਬਾਹਰ ਲਾ ਦਿੱਤਾ ਠੀਕ ਹੈ ਜੀ ਇੰਨਾ ਸਾਡਾ ਇੱਥੇ ਲਾਇਆ ਕਿ ਇਹਨੂੰ ਮੈਂ ਪਾਣੀ ਪਾਉਂਦਾ ਰਿਹਾ ਹਾਂਜੀ ਤੁਹਾਡੀ ਪੈਲੀ ਆ ਨਾਲ ਪੈਂਦੀ ਸਾਰੀ ਆਹ ਜ਼ਮੀਨ ਸਾਰੀ ਵੱਖ ਵੱਖ ਦੀ ਅਸੀਂ ਬਣੇ ਹਾਂ ਠੀਕ ਹੈ ਜੀ
ਯਾਨੀ ਕਿੰਨੇ ਕੁ ਸਾਲ ਹੋ ਗਏ ਹੋਗੇ? ਮੇਰਾ ਖਿਆਲ 35 ਸਾਲ ਹੋ ਹੀ ਗਏ ਆ। 35 ਸਾਲ ਇਹ ਜਗ੍ਹਾ ਜਿਹੜੀ ਨਾ ਢਹਿ ਗਈ ਸੀਗੀ, ਜਿਸ ਮੁੰਡੇ ਨੇ ਢਾਈ ਸੀ ਨਾ ਉਹ ਬਿਮਾਰ ਹੋ ਗਿਆ ਸੀ, ਅਤੇ ਬਾਅਦ ਦੇ ਵਿੱਚ ਇਹ ਜਗ੍ਹਾ ਫਿਰ ਬਣਾਈ ਤਾਂ ਉਹ ਠੀਕ ਹੋ ਗਿਆ। ਅੱਛਾ ਜੀ, ਬਹੁਤ ਸਖਤੀ ਵਾਲੀ ਆ। ਬਹੁਤ ਸਖਤੀ ਵਾਲੀ ਹੈ, ਬਜ਼ੁਰਗ ਸੀਗੇ ਵੀ ਪਿੰਡ ਦੇ ਵਿੱਚ ਹੀ ਰਹਿੰਦੇ ਸੀ। ਠੀਕ ਹੈ ਜੀ, ਹਾਂਜੀ ਹਾਂਜੀ। ਇੱਥੇ ਵੀ ਚਿਰਾਗ ਚਿਰਾਗ ਇੱਥੇ ਵੀ ਲਾਉਂਦੇ ਸਾਰੇ। ਇਹ ਜਗ੍ਹਾ ਜਦੋਂ ਪੱਟੀ ਨਾ ਇਹਦੇ ਵਿੱਚੋਂ ਪੱਤੀਆਂ ਨਿਕਲੀਆਂ, ਪੱਤੀਆਂ ਜਾਂ ਬਕਸਾ ਬਣਾਏ ਸੰਦੂਕਾਂ ਹੋ ਗਈਆਂ, ਲੱਕੜੀਆਂ ਗਲ ਚੁੱਕੀਆਂ ਸੀਗੀਆਂ। ਦੁਬਾਰਾ ਪੱਤੀਆਂ ਸਾਡੇ ਕੋਲ ਹੈਗੀਆਂ, ਪੱਤੀਆਂ ਨਹੀਂ ਉੱਦਾਂ ਰੱਖਤੀਆਂ ਸੀ, ਉੱਦਾਂ ਹੀ ਦੁਬਾਰਾ ਬਕਸਾ ਰੱਖਿਆ ਵਿੱਚ, ਬਕਸਾ ਗਲ ਗਿਆ ਸੀ, ਪੱਤੀਆਂ ਰੱਖਤੀਆਂ ਦੁਬਾਰਾ। ਹਾਂ, ਪੱਤੀਆਂ ਗਲੜੀਆਂ ਚੌੜੀਆਂ ਮੋਟੀਆਂ ਸੀ, ਪੱਤੀਆਂ ਮਿਸਤਰੀ ਸੀਗਾ ਇਹ ਜਿਹੜਾ। ਹਾਂ ਹਾਂ, ਇਹ ਤਖਾਣ ਸੀਗਾ ਜੀ, ਤਖਾਣ ਸੀਗਾ। ਹਾਂ, ਇਹ ਇਹਦਾ ਕੇਲਾ ਸੀ ਬਾਬੇ ਦਾ, ਸੇਵਾ ਕਰਦਾ ਹੁੰਦਾ, ਸੇਵਾ ਕਰਦਾ ਹੁੰਦਾ। ਅੰਦਰੋਂ ਵੀ ਫੋਟੋ ਲਾ ਲਓ। ਹਾਂਜੀ, ਸ਼ੌਂਕ ਹੀ ਆ ਵੀ ਇਹਨਾਂ ਪਾਕਿਸਤਾਨ ਭੇਜੇ ਨੇ, ਪਾਕਿਸਤਾਨ ਵਾਲੇ ਇਹਨਾਂ ਨੂੰ ਭੇਜਦੇ। ਪਹਿਲੋ ਕਾਲੀ ਜਗ੍ਹਾ ਹੀ ਸੀਗੀ ਇੱਥੇ। ਇੱਥੇ ਪਹਿਲਾਂ ਦਰਾਗ ਪਾ ਦਿੰਦੇ ਸੀ, ਡਿੰਗੀ ਉੱਚੀ ਜਗ੍ਹਾ। ਠੀਕ ਹੈ ਜੀ, ਅਖੰਡਾ ਦੁਆਰਾ ਤੇ ਬਾਅਦ ਚ ਬਣਾਇਆ। ਠੀਕ ਹੈ ਜੀ, ਇੱਥੇ ਲਾਗੇ ਸੀਗਾ ਜਿਹੜੇ ਮੁਸਲਮਾਨ ਹੋਣਗੇ ਦੇਖਣ ਦੀ। ਹਾਂਜੀ ਹਾਂਜੀ, ਬਜ਼ੁਰਗ ਜਿਹੜੇ ਸੀਗੇ ਨਾ ਸਾਡੇ, ਇੱਕ ਨਾ ਪੀਰੂ ਸੀ, ਉਹਦੇ ਘਰ ਵਾਲੀ ਗੜੀ ਸੀ, ਉਹ ਰੂੜੀ ਸੀ ਉਹਦੇ ਨਾਲ, ਰਾਓ ਬੂੜੀ। ਠੀਕ ਹੈ, ਪੁਰਾਣੇ ਬਜ਼ੁਰਗ ਸੀਗੇ ਇੱਥੇ ਦੇ ਰਹਿਣ ਵਾਲੇ। ਠੀਕ ਹੈ, ਮੈਂ ਉਹਨਾਂ ਦਾ ਪੁੱਤ ਹਾਂ। ਅੱਛਾ ਜੀ, ਕੀ ਬਾਤ ਆ। ਪਿੰਡ ਮੇਰਾ ਮੈਂ ਲੱਗ ਗਿਆ ਕਲੋਏ। ਅੱਛਾ ਜੀ, ਅਤੇ ਇਹ ਮੇਰੇ ਨਾਨਕੇ ਆ ਜੀ। ਠੀਕ ਹੈ, ਬਹੁਤ ਪੀਰਾਂ ਨੇ ਸਾਨੂੰ ਉਤਾਰਿਆ ਜੀ, ਬਹੁਤ ਸੇਵਾ ਕੀਤੀ। ਇਹ ਵੀ ਸੇਵਾਦਾਰ ਸੀਗੇ ਇਹਨਾਂ ਦੇ। ਅੱਛਾ ਜੀ, ਇਹ ਜਗ੍ਹਾ ਕਦੋਂ ਬਣੀ ਸੀਗੀ? ਆਹ ਜਗ੍ਹਾ ਬਣੀ ਕਿੰਨਾ ਕੁ ਚਿਰ ਹੋ ਗਿਆ? ਇਹਦੇ ਨਾਲ ਵੀ ਬਣੀ। ਅੱਛਾ, ਉਦੋਂ ਨਾਲ ਹੀ ਬਣੀ ਸੀਗੀ? ਨਾਲ ਹੀ ਬਣੀ, ਪਹਿਲਾਂ ਦੀ। ਠੀਕ ਹੈ ਜੀ, ਮੇਲਾ ਬਹੁਤ ਲੱਗਦਾ ਇੱਥੇ, ਮੇਰੀਆਂ ਗੱਲਾਂ ਭਰੀਆਂ ਨਹੀਂ ਜਾਂ। ਹਾਂਜੀ, ਅੱਗੇ ਡੂੜੇ ਪਾਈਏ। ਹਾਂਜੀ, ਪਹਿਲਾਂ ਇੱਥੇ ਪਿੱਪਲ ਹੁੰਦਾ ਸੀ ਤੇ ਲਾਗੇ ਕਬਰ ਹੁੰਦੀ ਸੀ। ਅੱਛਾ ਜੀ, ਸੱਜਾ ਸੱਜਤ ਪਾਤਸ਼ਾਹ ਦੀ ਜਗ੍ਹਾ ਹੈ। ਸੱਜਤ ਪਾਤਸ਼ਾਹ ਜੀ, ਹਾਂਜੀ, ਬਹੁਤ ਕਰਨੀ ਵਾਲੇ ਹੋਏ ਆ। ਠੀਕ ਹੈ ਜੀ, ਹਾਂਜੀ ਹਾਂਜੀ।
ਬਾਅਦ 'ਚ ਫਿਰ ਹੀ ਸੇਵਾ ਲੋਕ ਕਰ ਲਾ ਪਏ। ਠੀਕ ਹੈ ਜੀ। ਹਾਂਜੀ ਜੱਟ, ਹਾਂਜੀ ਉਹ ਫਿਰ ਨਾ ਇੱਥੋਂ ਸਾਰੇ ਜਣੇ ਉਹਦੇ ਕੋਲ ਗਏ ਉੱਠ ਕੇ, ਅਤੇ ਉਹ ਫਿਰ ਕਹਿੰਦਾ ਮੈਂ ਤੁਹਾਨੂੰ ਛੱਡ ਕੇ ਆਉਣਾ। ਅੱਛਾ ਜੀ। ਕੈਂਪਰ 'ਚ ਜਲੰਧਰ ਛੱਡ ਕੇ ਆਏ ਸੀ। ਠੀਕ ਹੈ। ਇਹਨਾਂ ਦੀ ਸਹਾਇਤਾ ਕੀਤੀ ਉਹਨਾਂ ਨੇ ਮੁਸਲਮਾਨਾਂ ਦੀ। ਹਾਂ, ਇੱਥੇ ਮਾਰਕੀਟ ਤਾਂ ਨਹੀਂ ਹੋਈ ਪਿੰਡ? ਇੱਥੇ ਮਾਰਕੀਟ ਨਹੀਂ ਹੋਈ। ਹਾਂਜੀ। ਵੈਸੇ ਫਿਰ ਜਦੋਂ ਉੱਜੜ ਕੇ ਚਲੇ ਗਏ ਵਿਚਾਰੇ, ਫਿਰ ਲੋਟਰ ਮਾਰ ਲੱਗੇ ਲੈ ਗਏ ਲੋਕ ਸਾਰੇ ਸਮਾਨ ਇਹਨਾਂ ਦਾ, ਆਪਸ ਤੁਸੀਂ ਲੈ ਗਏ ਸੀ, ਲੈ ਗਏ ਸੀਗੇ। ਠੀਕ ਹੈ ਜੀ। ਇੱਥੇ ਜਿਹੜੇ ਦਸਾਂ ਵੀ ਆਇਆ ਸੀ ਨਾ ਜਿਹੜੇ ਲੋਕ ਸੀ ਕਾਲਾ ਸਿੰਘਾਂ ਦੇ, ਉਹਨਾਂ ਨੇ ਇਹ ਗੱਲ ਆ ਕੇ ਕਹੀ ਸੀ ਵੀ ਕਾਨੂੰਨ ਬਣ ਚੁੱਕਾ, ਹੁਣ ਤੁਹਾਨੂੰ ਜਾਣਾ ਪੈਣਾ, ਚਲੋ ਅਸੀਂ ਤੁਹਾਨੂੰ ਛੱਡ ਕੇ ਆਉਂਦੇ ਹਾਂ। ਸਾਰਾ ਭਾਈਚਾਰਾ ਦਿਨ ਵਾਂਗੂ ਮਿਲਦੇ ਸੀਗੇ। ਹਾਂਜੀ। ਦਿਨਾਂ ਸੌਦਾ ਦੇ ਸੱਦੇ ਸੀ। ਅੱਛਾ ਜੀ। ਹਾਂਜੀ, ਚੰਗਾ ਨਹੀਂ ਸੀ ਹੋਇਆ। ਅੱਛਾ ਜੀ। ਅਤੇ ਭਾਈਚਾਰਾ ਜਿੱਦਾਂ ਗੁਆਂਢ ਸੀਗੇ ਨਾ ਕਾਲਾ ਸਿੰਘਾਂ ਦੇ ਜੱਟ ਜਿੰਨੇ, ਹਾਂਜੀ, ਇਹ ਸਾਰੇ ਫਿਰ ਛੱਡ ਕੇ ਆਏ ਉਹਨਾਂ ਨੂੰ। ਠੀਕ ਹੈ ਜੀ। ਉਹਨਾਂ ਨੂੰ ਜੀ, ਮੇਰਾ ਨਾਮ ਸੋਹਣ ਸਿੰਘ ਆ, ਮੈਂ ਸਰਪੰਚ ਵੀ ਰਹਿ ਚੁੱਕਾ, ਮੈਂ ਸਾਬਕਾ ਸਰਪੰਚ ਆ ਹੁਣ। ਅਤੇ ਪਿੰਡ ਦੇ ਦੌਲੇ ਦੌਲੇ ਮੈਂ ਸੜਕੀ ਵੀ ਮੈਂ ਕਢਾਈ ਆ, ਹੋਰ ਪਿੰਡ ਦੇ ਕਈ ਕੰਮ ਕਰਾਏ ਆ, ਧਰਮਸ਼ਾਲਾ ਬਣਵਾਈ ਆ, ਅਤੇ ਇੱਦਾਂ ਦੇ ਕੰਮ ਮੈਂ ਕਈ ਕਰਾਏ। ਬਹੁਤ ਵਧੀਆ ਜੀ, ਬਹੁਤ ਵਧੀਆ ਕੰਮ ਹੈ। ਹਾਂਜੀ ਹਾਂਜੀ। ਠੀਕ ਹੈ। ਆ ਜੀ ਸਕੂਲ ਹੈ ਇਸ ਪਿੰਡ ਦਾ, ਇਹ ਬਾਅਦ 'ਚ ਹੀ ਬਣਿਆ ਆ। ਸਿੱਧਾ ਰਾਹ ਗੁਰਦੁਆਰੇ ਨੂੰ ਜਾਂਦਾ ਹੈ, ਪਿੰਡ ਦੇ ਵਿਚਕਾਰ ਉਹਦੀ ਗਲੀ ਲੰਘਦੀ ਹੈ, ਆਹ ਗਲੀ ਸ਼ਾਇਦ ਬਾਹਰ ਚਲ ਜਾਂਦੀ ਹੈ। ਆਇਆ ਜੀ ਗੁਰਦੁਆਰਾ ਸਿੰਘ ਸਭਾ ਕਪੂਰਥਲਾ ਪਿੰਡ ਸੁਖਾਣੇ। ਹਾਂਜੀ, ਪਿੰਡ ਦੇ ਗੁਰਦੁਆਰੇ ਦੀ ਛੱਤ ਤੋਂ ਸੁਖਾਣੀ ਪਿੰਡ ਦਾ ਵਿਊ। ਉਹ ਸਾਹਮਣੇ ਸਕੂਲ ਹੈ ਜੀ, ਆਹ ਸਾਹਮਣੇ ਜਾਮਣਾ ਵਾਲਾ ਖੂਹ, ਜੋ ਜਗ੍ਹਾ ਪੀਰਾਂ ਦੀ, ਉਹ ਦੂਰ ਦੂਰ ਤੱਕ ਬਸ ਖੇਤ ਨੇ। ਉਹ ਜੀ ਸਾਹਮਣੇ ਸੜਕ ਵੱਲੋਂ ਰਾਹ ਆਉਂਦਾ ਹੈ ਪਿੰਡ ਨੂੰ। ਇਹ ਜੀ ਅੰਦਰ ਗੁਰਦੁਆਰਾ ਪਿੰਡ ਦਾ ਸਿੰਘ ਸਭਾ। ਹਾਂਜੀ ਗੁਰਦੁਆਰੇ ਨੂੰ ਨਿਕਲ ਕੇ ਗਲੀ ਸਿੱਧੀ ਬਾਹਰ ਨੂੰ ਜਾਂਦੀ ਹੈ ਮੇਨ ਸੜਕ ਵੱਲ ਨੂੰ। ਸਾਹਮਣੇ ਤੁਹਾਨੂੰ ਬੋਰਡ ਦੇਖਦਾ ਪਿਆ ਜਗ੍ਹਾ ਦਾ, ਨਿੱਕੇ ਹੁੰਦੇ ਆ ਜਿਹੜੀ ਵਿਚਕਾਰਲੀ ਇੱਟਾਂ ਆ, ਇਹਨਾਂ ਵਿੱਚੋਂ ਸਾਈਕਲ ਮੈਂ ਭਜਾਉਂਦਾ ਹੁੰਦਾ ਸੀਗਾ ਬੈਲੈਂਸ ਬਣਾ ਕੇ। ਪੁਰਾਣੇ ਡਿਜ਼ਾਇਨ, ਪੁਰਾਣੇ ਮਕਾਨ, ਆ ਔਜਲਾ ਪਿੰਡ ਹੈ ਜੀ ਸਾਹਮਣੇ ਸਿੱਧੇ। ਉਹ ਉੱਧਰ ਬਾਪੂ ਪੱਠੇ ਵੱਢਦਾ ਪਿਆ ਹੈ। ਰਾਜਾਪੁਰ, ਬਾਬਾ ਜੀ ਨੂੰ ਰਾਜਾਪੁਰ ਕਹਿੰਦੇ ਆ ਚੌਂਕ ਨੂੰ।
ਇੱਧਰ ਕਿਹੜੇ ਕਿਹੜੇ ਪਿੰਡ ਪੈਂਦੇ ਤੁਹਾਡੇ ਪਿੱਛੇ? ਇੱਧਰ ਆਪਣੇ ਕੁਲਾਰ, ਸਿੱਧਵਾਂ ਦੋਨਾ, ਸਿੱਧਵਾਂ, ਕੁਲਾਰਾਂ, ਸ਼ਾਹਕੋਟ, ਸ਼ਾਹਕੋਟ, ਮਲਸੀਆਂ, ਮਲਸੀਆਂ, ਠੀਕ ਹੈ। ਅਤੇ ਇੱਧਰ ਦਾ ਆਪਣਾ ਨਕੋਦਰ ਪੈ ਗਿਆ, ਇੱਧਰ ਆ ਗਿਆ ਨਕੋਦਰ, ਤਲਵੰਡੀ, ਮੱਲੀਆਂ, ਮੱਲੀਆਂ, ਆਹ ਤਾਂ ਆਪਣਾ ਕਪੂਰਥਲਾ ਆ ਗਿਆ, ਨਿਕਲ ਗਿਆ ਕਪੂਰਥਲਾ, ਕਪੂਰਥਲਾ ਨਿਕਲ ਗਿਆ। ਆ ਜੀ ਸਾਹਮਣੇ ਰੇਲਵੇ ਸਟੇਸ਼ਨ ਆ, ਆਹ ਸੜਕ ਅੱਗੇ ਸੁਲਤਾਨਪੁਰ ਨੂੰ ਚੱਲ ਜਾਂਦੀ ਹੈ, ਆ ਨਕੋਦਰ ਨੂੰ, ਆ ਔਜਲਾ ਫਾਟਕ,